ਡੇਰਾ ਪ੍ਰਮੁੱਖ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਤੇ ਲੱਗੇ ਯੌਨ ਸ਼ੋਸ਼ਣ ਮਾਮਲੇ ਤੇ 25 ਅਗਸਤ ਨੂੰ ਪੰਚਕੂਲਾ ਦੀ ਸੀਬੀਆਈ ਕੋਰਟ ਫੈਸਲਾ ਸੁਣਾ ਸਕਦੀ ਹੈ ਜਿਸ ਨੂੰ ਲੈ ਕੇ ਪੂਰੇ ਪ੍ਰਦੇਸ਼ 'ਚ ਪੁਲਿਸ ਅਲਰਟ ਹੈ ਤੇ ਬਾਹਰ ਵੀ ਫੋਰਸ ਮੰਗਵਾਈ ਗਈ ਹੈ ਦੇਰ ਸ਼ਾਮ ਅੰਬਾਲਾ ਪੁਲਿਸ ਨੇ ਜ਼ਿਲ੍ਹੇ ਵਿੱਚ ਫਲੈਗ ਮਾਰਚ ਨਿਕਾਲ ਲੋਕਾਂ ਵਿੱਚ ਸ਼ਾਂਤੀ ਬਣਾਏ ਰੱਖਣ ਅਤੇ ਸੂਚਨਾਵਾਂ ਦੇ ਆਦਾਨ ਪ੍ਰਦਾਨ ਦੀ ਮੰਗ ਕੀਤੀ ਅਤੇ ਕਿਹਾ ਕਿ ਅਫਵਾਹਾਂ ਤੋਂ ਬਚਣ ਹਮਾਰੇ ਪਾਸ ਦੋ ਪੈਰਾਮਿਲਟਰੀ ਕੰਪਨੀਜ਼ CRPF ਕੇ ਆਈ ਵੀ ਹੈ ਔਰ ਉਸਕੇ ਇਲਾਵਾ ਹਮਾਰੇ ਪਾਸ ਹਰਿਆਣਾ ਪੁਲਿਸ ਅਕੈਡਮੀਜ਼ ਕੀ ਵੀ 4 ਕੰਪਨੀ ਹੈ ਔਰ ਅਪਾਰਟ ਫਰੋਮ ਦੈਟ ਅੰਬਾਲਾ ਪੁਲਿਸ ਕੀ ਤੋ ਹਮਾਰੇ ਪਾਸ ਫੋਰਸ ਹੈ ਹੀ ਹੈ ਤੋ ਯੇ ਸਭੀ ਫੋਰਸ ਹਮਨੇ ਲਾਅ ਐਂਡ ਆਰਡਰ ਡਿਊਟੀਜ਼ ਕੇ ਲੀਏ ਮੈਕਸੀਮਮ ਜਿਤਨੀ ਵੀ ਹੋ ਸਕਤੀ ਹੈ ਆਫਿਸ ਸਟਾਫ ਹੈ ਜੋ ਵੀ DSPs ਕੇ ਸਟਾਫ ਹੈ ਮੇਰਾ ਆਫਿਸ ਸਟਾਫ ਹੈ ਤੋ ਸਭੀ ਕੋ ਫੁੱਲੀ ਡਿਪਲੋਏ ਕਰ ਰੱਖਾ ਹੈ ਔਰ ਜ਼ਿਆਦਾ ਸੇ ਜ਼ਿਆਦਾ ਹਮਨੇ ਫੋਰਸ ਇਸਕੇ ਲੀਏ ਲਾਅ ਐਂਡ ਆਰਡਰ ਡਿਊਟੀਜ਼ ਕੇ ਲੀਏ ਰੱਖੀ ਹੋਈ ਹੈ ਔਰ ਨਾਕੇ ਲਗਾਏ ਰੱਖੇ ਹੈ ਜਿਸਸੇ ਕਿ ਜੋ ਵੀ ਹੈ ਚੈਕਿੰਗ ਵਗੈਰਾ ਹਮਾਰੀ ਚੱਲ ਰਹੀ ਹੈ ਅੰਬਾਲਾ ਤੋਂ BS ਗੁਲਿਆਨੀ ਦੀ ਰਿਪੋਰਟ ਚੈਨਲ 2